प्रोग्राम का सहोता शो च एक बार फिर आप सब दाने का स्वागत है जी। प्रोग्राम की शुरुआत करांगे कनेडा के सूबे बीसी तो। बीसी दे विच ड्रग जिहड़ी तस्करी आ ते नाल मनी लॉन्ड्रिंग बहुत वड्डे पद्धर दे उत्ते हुई आ। बीते सालों दे विच काफ़ी गल चली आ, कसीनो दे राहीं बहुत सारा काला धन जिहड़ा चिट्टा किया गया उहदे इवज दे विच चीन तो वड्डी पद्धर ते फेंटानिल इत्थे आई आ ते उह फेंटानिल जिहड़ी आ उहने ओवरडोज करके हज़ारां लोक इत्थे मारे आ ते हले वी इह हो रहा सारा कुछ। बीसी सरकार जी मनी लॉन्ड्रिंग नत्थ पाने के वास्ते जिहड़े पुराने जिहड़े दोषी आ उन्होंने चार्ज करने की कोशिश कर रही है, पर कानून दे विच कुछ चोर मोरियां होर कारण वार वार ये जिहड़े लोग आ उह कानूनी सहायता लैके बच जाते। रिचमंड दा इक इहो जिहा व्यक्ति पॉल किंग जिन जिहड़ा उहनूं सरकार वल्लों टारगेट किया जा रहा भी किसी तरीके उहनूं चार्ज किया जाए तो उस तों बाद दे विच जिहड़ा उहदी मनी लॉन्ड्रिंग तों बनाई हुई कमाई आ उहनूं निशाना बनाया जाए, पर चोर मोरियां दी घाट चोर मोरियां कारण एक वारी फिर दूजी वारी जिहड़ी गल हो चुकी है कि पॉल किंग जिन दे उत्ते क्रिमिनल चार्ज नहीं लग सके। हुंदा की है कि जदों भी क्रिमिनल चार्ज लगने हुंदे आ सारे सबूत जिहड़े आ उह इक इकट्ठे करके क्राउन काउंसल नूं भेजे जांदे आ, उह चैक करदी है भी इह जिहड़ा चार्ज अप्रूवल स्टैंडर्ड दे हिसाब दे नाल सारा कुछ पूरा हैगा, क्योंकि इह ना होवे भी केस जिहड़ा गांह जा के अदालत दे विच्चों छुट जाए। सो उहदे नाल फिर काफ़ी नमोशी भी हुंदी आ, खर्चा भी हुंदा, अदालतां पहलां काफ़ी रुझियां हुंदियां। सो इहनां चोर मोरियां दी सहायता नाल दूजी वारी जिहड़ा इह व्यक्ति आ ਉਹ ਪਹਿਲਾਂ ਹੀ ਛੁੱਟ ਗਿਆ ਆ। ਸੁਣੇ ਚੋਰੀ ਮੋਰੀਆਂ ਬੰਦ ਕਰਨ ਦੇ ਵਾਸਤੇ ਬੀ ਸੀ ਦੇ ਸੋਲਿਸਟਰ ਜਨਰਲ ਮਾਈਕ ਫਰਨਵਰਥ ਕਹਿੰਦੇ ਆ ਕਿ ਅਸੀਂ ਨਵਾਂ ਲੈਜਿਸਲੇਸ਼ਨ ਜਿਹੜਾ ਲੈ ਕੇ ਆਉਣਾ, ਕਾਨੂੰਨ ਦੇ ਵਿੱਚ ਸੋਧ ਕਰਾਂਗੇ, ਕਾਨੂੰਨ ਨੂੰ ਸਖਤ ਕਰਾਂਗੇ ਤਾਂ ਕਿ ਉਹ ਲੋਕ ਜਿਨ੍ਹਾਂ ਨੇ ਆਪਣੀ ਕਮਾਈ ਜਿਹੜੀ ਆ ਜਾਂ ਆਪਣੀ ਜਾਇਦਾਦ ਬਣਾਈ ਆ ਉਹ ਪੁੱਠੇ ਕੰਮਾਂ ਤੋਂ ਬਣਾਈ ਆ, ਉਹਨਾਂ ਨੂੰ ਸਵਾਲ ਕੀਤਾ ਜਾ ਸਕੇ ਵੀ ਜੋ ਤੁਸੀਂ ਘਰ ਬਣਾਏ ਆ, ਜੋ ਤੁਸੀਂ ਗੱਡੀਆਂ ਖਰੀਦੀਆਂ ਹੋਈਆਂ ਜਾਂ ਹੋਰ ਤੁਹਾਡੇ ਨਾਂ ਜੋ ਕੁਛ ਹੈਗਾ ਆ ਇਹ ਸਿੱਧ ਕਰੋ ਵੀ ਇਹ ਤੁਸੀਂ ਬਣਾਇਆ ਕਿੱਦਾਂ, ਕਿੱਥੇ ਤੁਸੀਂ ਆਪਣੀ ਇਨਕਮ ਜਿਹੜੀ ਆ ਉਹ ਦਿਖਾਈ ਆ, ਕਿਹੜਾ ਤੁਸੀਂ ਕੰਮ ਕਰਦੇ ਸੀਗੇ, ਉਸ ਸੰਬੰਧੀ ਪੁੱਛਗਿੱਛ ਕੀਤੀ ਜਾ ਸਕੂਗੀ। ਤਾਂ ਜੇਕਰ ਉਹ ਸਿੱਧ ਨਹੀਂ ਕਰ ਸਕਦੇ ਵੀ ਕਮਾਈ ਕੋਈ ਕੀਤੀ ਨਹੀਂ ਪਿਛਲੇ 20 ਸਾਲਾਂ 'ਚ 10 ਸਾਲਾਂ ਦੇ ਵਿੱਚ ਕਦੀ ਟੈਕਸ ਨਹੀਂ ਭਰਿਆ ਜਾਂ ਜਿੰਨਾ ਟੈਕਸ ਭਰਿਆ ਉਦੋਂ ਵੱਧ ਜਿਹੜੀ ਜਾਇਦਾਦ ਬਣਾਈ ਬੈਠੇ ਆ, ਉਹ ਪੈਸਾ ਕਿੱਥੋਂ ਆਇਆ। ਪੰਜਾਬ ਦੇ ਵਿੱਚ ਤਾਂ ਅਕਸਰ ਕੇਸ ਸੁਣੇ ਸੀਗੇ ਰਾਜਸੀ ਲੋਕਾਂ ਦੇ ਪੈਂਦੇ ਆ ਵੀ ਆਮਦਨ ਤੋਂ ਵੱਧ ਸਰੋਤ ਜਿਹੜੇ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਈ ਹੋਈ ਆ। ਉਹ ਹੁਣ ਇਹੀ ਗੱਲ ਇੱਥੇ ਵੀ ਹੋ ਰਹੀ ਹੈ ਵੀ ਜੇਕਰ ਤੁਹਾਡੀ ਆਮਦਨ ਹੈ ਨਹੀਂ ਗੀ ਪਰ ਜਾਇਦਾਦ ਕਿੱਥੋਂ ਆ ਗਈ ਉਹ ਸਰਕਾਰ ਨੂੰ ਸਿੱਧ ਕਰਨਾ ਪੈਣਾ, ਅਤੇ ਜੇਕਰ ਉਹ ਸਰਕਾਰ ਨੂੰ ਨਹੀਂ ਸਿੱਧ ਕਰ ਸਕਦੇ ਤਾਂ ਸਰਕਾਰ ਉਹ ਜਾਇਦਾਦ ਉਹ ਗੱਡੀਆਂ ਉਹ ਧਨ ਜਿਹੜਾ ਆ ਜ਼ਬਤ ਕਰ ਸਕਦੀ ਆ। ਇਹਦੇ ਵਾਸਤੇ ਕਾਨੂੰਨ ਹੋਰ ਸਖਤ ਕੀਤਾ ਜਾ ਰਿਹਾ। ਕਾਫ਼ੀ ਨਮੋਸ਼ੀ ਵਾਲੀ ਗੱਲ ਹੈ ਕਿ ਇਹ ਵਿਅਕਤੀ ਜਿਹੜਾ ਇਹ ਬੜਾ ਵੱਡਾ ਨਾਂ ਸੀਗਾ ਮਨੀ ਲੌਂਡਰਿੰਗ ਦੇ ਮਾਮਲੇ ਦੇ ਵਿੱਚ ਅਤੇ ਵਾਰ ਵਾਰ ਛੁੱਟ ਰਿਹਾ। ਸੋ ਇਸ ਕਰਕੇ ਸਰਕਾਰ ਨੂੰ ਮਜਬੂਰੀ ਵੱਸ ਇਹ ਕੰਮ ਜਿਹੜਾ ਆ ਕਰਨਾ ਪੈਣਾ ਆ, ਕਾਨੂੰਨ ਕਹਿੰਦੇ ਸਖਤ ਕਰਨਾ ਪੈਣਾ ਆ, ਅਤੇ ਇਹਦੇ ਨਾਲ ਫਿਰ ਕਈ ਹੋਰ ਵੀ ਅੜਿੱਕੇ ਆ ਸਕਦੇ ਆ। ਅਤੇ ਜੇਕਰ ਸਾਬਤ ਨਾ ਹੋਇਆ ਵੀ ਜੋ ਕੁਛ ਅਸੀਂ ਲਈ ਫਿਰਦੇ ਹਾਂ ਉਹਦੇ ਵਾਸਤੇ ਇਨਕਮ ਤਾਂ ਕਦੀ ਹੈ ਨਹੀਂ ਸੀ, ਕੰਮ ਤਾਂ ਕਦੀ ਕੀਤਾ ਨਹੀਂ, ਤਾਂ ਉਹ ਸਾਰਾ ਕੁਛ ਸਰਕਾਰ ਖੋਹ ਕੇ ਲਿਜਾ ਸਕਦੀ ਹੈ। ਇਸ ਤਰੀਕੇ ਆਪਾਂ ਗੱਲਬਾਤ ਕਰਨੀ ਆ ਚੀਨ ਦੀ। ਤੁਹਾਨੂੰ ਯਾਦ ਹੋਣਾ ਕਿ ਜਦੋਂ ਚੀਨ ਦੇ ਨਾਲ ਸੰਬੰਧ ਵਿਗੜੇ ਆ ਪੱਛਮੀ ਮੁਲਕਾਂ ਦੇ ਤਾਂ ਇਹ ਗੱਲ ਕਹੀ ਗਈ ਕਿ ਆਪਾਂ ਆਤਮ ਨਿਰਭਰ ਹੋਣਾ, ਜਿਹੜੀਆਂ ਉੱਥੇ ਕੰਪਨੀਜ਼ ਚੱਲ ਰਹੀਆਂ ਵੱਡੀਆਂ ਚਾਹੇ ਉਹ ਕੱਪੜੇ ਬਣਾਉਣ ਵਾਲੀਆਂ ਆ ਨਾਇਕੀ ਐਡੀਡਾਸ ਵਗੈਰਾ ਆ, ਚਾਹੇ ਫੋਨ ਕੰਪਨੀਆਂ ਦੇ ਪਾਰਟਸ ਬਣਦੇ ਉੱਥੇ ਐਪਲ ਵਰਗਿਆਂ ਦੇ, ਆਟੋ ਪਾਰਟਸ ਬਣਦੇ ਆ, ਕੰਪਿਊਟਰ ਪਾਰਟਸ ਬਣਦੇ ਆ, ਆਟੋਮੋਬਾਈਲ ਚਿਪਸ ਬਣਦੀਆਂ ਆ, ਸਾਰਾ ਕੁਛ ਬਾਹਰ ਲਿਆਉਣ ਦੀ ਗੱਲ ਜਿਹੜੀ ਆ ਚੱਲੀ ਸੀਗੀ ਵੀ ਆਪਾਂ ਹੌਲੀ ਹੌਲੀ ਉੱਥੋਂ ਅੱਡੇ ਪੱਟੀਏ, ਇਹ ਨਾ ਹੋਵੇ ਵੀ ਚੀਨ ਦੇ ਉੱਤੇ ਨਿਰਭਰਤਾ ਜਿਹੜੀ ਆਪਣੀ ਇੰਨੀ ਹੋਵੇ ਵੀ ਮੁੜ ਕੇ ਆਪਾਂ ਨੂੰ ਬਲੈਕਮੇਲ ਕਰੇ। ਸੋ ਪਹਿਲਾਂ ਕੀ ਇਹ ਟ੍ਰੈਂਡ ਚੱਲਿਆ, ਅੱਜ ਤੋਂ 20 ਸਾਲ ਪਹਿਲਾਂ ਪੱਛਮੀ ਮੁਲਕਾਂ ਨੇ ਸੋਚਿਆ ਵੀ ਆਪਾਂ ਇੱਥੇ ਸਮਾਨ ਬਣਾਉਣ ਦੇ ਨਾਲੋਂ ਚੀਨ ਜਾਂ ਹੋਰ ਮੁਲਕਾਂ ਦੇ ਵਿੱਚ ਪ੍ਰੋਡਕਸ਼ਨ ਸ਼ੁਰੂ ਕਰੀਏ। ਉਹਦੇ ਪਿੱਛੇ ਵੱਡਾ ਕਾਰਨ ਤਾਂ ਇੱਕ ਇਹ ਸੀਗਾ ਵੀ ਉੱਥੇ ਲੇਬਰ ਦੀ ਘਾਟ ਕੋਈ ਨਹੀਂ ਸੀਗੀ, ਲੇਬਰ ਸਸਤੀ ਬਹੁਤ ਸੀਗੀ, ਅਤੇ ਨਾਲ ਦੀ ਨਾਲ ਜਿਹੜਾ ਸੀਗਾ ਵੀ ਜਿਹੜਾ ਉਹਨਾਂ ਦਾ ਪਾਣੀ ਖਰਾਬ ਹੋਣਾ ਇੰਡਸਟਰੀ ਲਾਉਣ ਦੇ ਨਾਲ, ਹਵਾ ਖਰਾਬ ਹੋਣੀ ਆ ਉਹ ਫਿਰ ਉਸ ਮੁਲਕ ਦੀ ਹੋਊਗੀ, ਇੱਥੇ ਬਚਿਆ ਰਹੂਗਾ ਸਾਰਾ ਕੁਛ। ਸੋ ਉਸ ਹਿੱਤ ਦੇ ਕਾਰਨ ਇਹ ਫੈਕਟਰੀਆਂ ਸਾਰੀਆਂ ਬਾਹਰ ਗਈਆਂ ਸੀਗੀਆਂ, ਪਰ ਚੀਨ ਦੀ ਇਕੋਨਮੀ ਇਹਨਾਂ ਦੇ ਕਰਕੇ ਬਹੁਤ ਸਟਰੋਂਗ ਹੋ ਗਈ, ਇੰਨੀ ਸਟਰੋਂਗ ਹੋ ਗਈ ਕਿ ਮੁੜ ਕੇ ਉਹ ਇਹਨਾਂ ਮੁਲਕਾਂ ਨੂੰ ਅੱਖਾਂ ਦਿਖਾਉਣ ਲੱਗ ਪਿਆ। ਅਤੇ ਫਿਰ ਪਿਛਲੀ ਡੋਨਲਡ ਟਰੰਪ ਸਰਕਾਰ ਵੇਲੇ ਉਸ ਏਰਾ ਦੇ ਵਿੱਚ ਇਹ ਫੈਸਲਾ ਜਿਹੜਾ ਕੀਤਾ ਗਿਆ ਕਿ ਉੱਥੋਂ ਹੌਲੀ ਹੌਲੀ ਅੱਡੇ ਪੱਟੇ ਜਾਣ ਤਾਂ ਕਿ ਸਾਡੇ ਸਿਰ 'ਤੇ ਪੈਸੇ ਬਣਾ ਕੇ ਚੀਨ ਸਾਨੂੰ ਅੱਖਾਂ ਨਾ ਦਿਖਾਲੇ। ਅਤੇ ਵੱਡੀ ਗਿਣਤੀ ਦੇ ਵਿੱਚ ਕੰਪਨੀਆਂ ਨੇ ਉੱਥੋਂ ਮੂਵ ਹੋਣ ਦੇ ਪਲੈਨ ਬਣਾਏ, ਤਾਂ ਉਦੋਂ ਇਹ ਕਿਹਾ ਗਿਆ ਸੀਗਾ ਕਿ ਭਾਰਤ ਜਿਹੜਾ ਆ ਉੱਥੇ ਬਹੁਤ ਸਾਰੀਆਂ ਕੰਪਨੀਆਂ ਜਾ ਸਕਦੀਆਂ। ਭਾਰਤ ਸਰਕਾਰ ਨੇ ਵੱਡੇ ਵੱਡੇ ਦਾਅਵੇ ਕੀਤੇ ਸੀਗੇ ਕਿ ਕੰਪਨੀਜ਼ ਜਿਹੜੀਆਂ ਸਾਡੇ ਆ ਰਹੀਆਂ ਆ, ਸਾਡੇ ਲੇਬਰ ਦੀ ਕੋਈ ਸ਼ੋਰਟੇਜ ਨਹੀਂ ਹੈਗੀ, ਪਰ ਹੁਣ ਜਿਹੜੇ ਅੰਕੜੇ ਆਏ ਆ ਉਹ ਬਿਲਕੁਲ ਉਲਟਾ ਆ। ਚੀਨ ਤੋਂ ਨਿਕਲੀਆਂ ਕੰਪਨੀਆਂ ਜਿਹੜੀਆਂ ਉਹ ਭਾਰਤ ਦੇ ਵਿੱਚ ਬਿਲਕੁਲ ਘੱਟ ਗਈਆਂ ਆ, ਜਦੋਂ ਕਿ ਉਹਨਾਂ ਦਾ ਜ਼ਿਆਦਾ ਰੁੱਖ ਜਿਹੜਾ ਬੰਗਲਾਦੇਸ਼, ਵੀਅਤਨਾਮ ਅਤੇ ਤੁਰਕੀ ਵੱਲ ਨੂੰ ਹੋਇਆ। ਸੋ ਇਹ ਜਿਹੜੇ ਮੁਲਕ ਆ
इत्थे भी आबादी जिहड़ी आ काफ़ी आ, लेबर सस्ती आ, कामे जिहड़े आ मेहनती आ। सो बजाए कि चीन तो कंपनीज जिहड़ियां आ उह इंडिया जांदियां, इह कंपनियां ने अपना रुख बंगलादेश, तुर्की अते वियतनाम वल कर लिया आ। बंगलादेश भी भारत दे नाल ही आजाद होया, पाकिस्तान का एक हिस्सा सीगा, उस तो बाद दे विच लड़ाई हुई, बंगलादेश का अपना आजाद जिहड़ा रूप बनिया। उस तो बाद दे विच उन्होंने क्लोदिंग इंडस्ट्री के कपड़ा इंडस्ट्री के ना खटिया। अज जिहड़े वड्डे वड्डे ब्रांड आ उह कपड़े दे सारे मेड इन बंगलादेश तो बन के आ रहे हैं, क्योंकि ढाके की जी मलमल ढाके कॉटन जी बड़ी कपाह जी बड़ी मशहूर आ सूत उतों का, तो वह पसंद किया जा रहा। तो बंगलादेश के लोग जोड़े आतों की सरकार आ बेशक ऑलवेज ही उत्थे भी सत्ता का तवाजन विगड़ता रहा आ, पर अपनी वो इंडस्ट्री अपना ना अपना ब्रांड बनाने कामयाब रहे हैं, तो हूँ उत्थे होर भी इंडस्ट्री लग रही है। यही हाल वियतनाम के तुर्की के भी होया। सो चीन तो निकलिया कंपनियां बजाय के भारत जान वह बंगलादेश वियतनाम अते टर्की वालों चलिया गई ने। इस आप गल करनी दसांगे तुहानू कि पंजाब दे विच जिहड़ा माहौल चल रहा उहनू गोदी मीडिया नैशनल मीडिया बड़ी तरह तरह की रंगत दे रहा, ईवन पंजाबी मीडिया भी कुछ इस दे विच शामिल है, पिछे नहीं हैगा। सो इस दरम्यान भगवंत मान जिहड़े कि पंजाब दे मुख्यमंत्री आ उहनां दी गृह मंत्री अमित शाह दे नाल इक मीटिंग हुई। इस मीटिंग दे विचों जिहड़ी गल निकली है कि पंजाब नूं CRPF दियां 18 कंपनियां भेजिया जाणगियां। सो 1900 तो लैके 2000 के करीब मुलाजम CRP दे पंजाब दे विच 6 मार्च तो आने शुरू हो जाएंगे। पंजाब का CRP दे नाल लम्मा वार आ, जदों खाड़कूवाद के दौरान भी CRP की फौज भी जिहड़ी आ इत्थे तैनात रही आ। सो पुरानी पीढ़ी ने तो सारा कुछ देखिया होया, पर यह जिहड़ी CRP हुण भेजी जा रही आ हाल की कड़ी दे वास्ते बहाना जिहड़ा ये घड़िया गया कि यह CRP इस करके भेजी जा रही आ कि इत्थे G20 के समागम जिहड़े हो रहे आ भारत विच, उहनां विचों कुछ मीटिंग जिहड़ियां उह पंजाब दे विच वी होणियां। सो कोई माहौल खराब ना होवे उस दे वास्ते जिहड़ा आ CRP लाई जाणी आ 6 मार्च तों लै के 16 मार्च तक 10 दिन, उदू बाद दे विच इहदा की भविख होणा फिर देखिया जाऊगा। सो की 10 दिनां बाद भी CRP पंजाब विच तैनात रहिंदी आ, जेकर तां इह G20 तों बाद CRP वापस बुला लई जांदी आ, इहदा मतलब तां फिर इही आ वी इह सिर्फ G20 ले भेजी गई सी, पर जेकर 16 मार्च तो बाद भी यह 2000 के करीब CRP वाले पंजाब तैनात रहिंदे आ, सो इहदा मतलब होर निकलूगा। इहदा मतलब यही है कि पंजाब दे विच केंद्र सरकार अपना दबदबा वधाउणा चाहुंदी आ, अपनियां फोर्स जिहड़ियां आ जिहड़ियां सेंट्रल रिजर्व पुलिस फोर्स दा पूरा नाम आ CRP दा, वह ला के पंजाब पुलिस के उपर अपना गलबा जिहड़ा आ वह कायम करना चाहुंदी आ। जिस तरीके पहलां कांग्रेस सरकार वेले राजीव गांधी सरकार वेले CRP वगैरह भेज के पंजाब पुलिस के बराबर पैरल सैना ला के सीधा सेंट्रल का कंट्रोल करने की कोशिश की गई सी। सो यहोजी कोशिश हो सकती है जेकर 16 मार्च तो बाद CRP वापस बुलाई नहीं जाती। ये एक जी गल हो रहा वो ये कि पंजाब सरकार ने जानकारी दिती है कि ड्रग की समस्या बहुत वड्डी आ पंजाब दे विच, इस दे वास्ते एक नवा प्रोग्राम जिहड़ा शुरू किया जा रहा जिहदा नाम है ऑपरेशन मुखबर। मतलब कि 5000 के करीब मुखबर जिहड़े आ पहला भर्ती किए हुए जां जिहड़े नवें किए जाणगे तां कि वह पिंडां दे विच शहरां महल्लियां दे विचों जिहड़े ड्रग वेचण वाले आ उहनां दी जानकारी पुलिस तक पहुँचा सकन ते पुलिस उहनां ते कार्रवाई कर सके। देखण सुण नूं बड़ी वधिया स्कीम लगती है, भी इह तां सही गल आ, इनफॉर्मर मुखबर होणगे तां पुलिस नूं जानकारी मिल जूगी वी ड्रग कौण वेचदा आ, ते उस तों बाद विच फड़ना सौखा हो जूगा। पर कमाल की गल तो यह है कि गोंगलुआ तो मिट्टी झाड़न वाली कार्रवाई आ, पुलिस को तो पहले ही पता भी कौन वेचदा, सारी गल उन्होंने जी पहले ही जानकारी दे विच हुंदी है। तो इस तों वड्डी गल की हो सकती है कि पंजाब हाई कोर्ट के विच एक नशा तस्करां संबंधी रिपोर्ट पिछले 5 साल तो दबी पई आ, जिहदा खुलासा DSP सेखों ने भी किया भी इहदे विच कि नशा तस्कर कि बाहरले जिहड़े नशा तस्कर ने कनेडा अमरीका वाले वो शामिल आ, पुलिस वाले शामिल आ, जज शामिल आ, मुख्यमंत्री साबका मुख्यमंत्री उन्होंने सलाहकार होर MLA MP शामिल आ। सो कार्रवाई तो सारी की पई है, लोड़ तो हैगी रिपोर्ट खिला के उहदे उत्ते कार्रवाई करन दी। मुखबर तो पिंडां दे विच छोटे पद्धर दे उत्ते फड़ा सकदे आ, पर जिहड़ा उपरों समान आ के विक रिहा जिथे योजना बनाई जाती है स्कीम घड़ी जाती है साजिशां घड़ियां जांदियां, लोड़ तो उहनां नूं बेनकाब करन दी है, ते उह सारी जांच रिपोर्ट नप्पी बैठे आ।
SSP ਰਾਜਜੀਤ ਸਿੰਘ ਹੁੰਦਲ, ਇੰਦਰਜੀਤ ਇੰਸਪੈਕਟਰ, ਅੰਗਰੇਜ਼ ਸਿੰਘ ਥਾਣੇਦਾਰ, ਇਹਨਾਂ ਦੀ ਤਿੱਕੜੀ ਦੀ ਗੱਲ ਪੂਰੇ ਪੰਜਾਬ ਨੂੰ ਪਤਾ ਵੀ ਕਿਵੇਂ ਇਹ ਰਲ ਕੇ ਡਰੱਗ ਵੇਚਦੇ ਵਿਕਵਾਉਂਦੇ ਰਹੇ ਆ, ਗੈਂਗਸਟਰਾਂ ਦੇ ਨਾਲ ਚੱਲ ਕੇ ਰਲਦੇ ਰਹੇ ਆ। ਇਹੋ ਜਿਹੀਆਂ ਅਨੇਕਾਂ ਟੀਮਾਂ ਪੰਜਾਬ ਪੁਲਿਸ ਦੀਆਂ ਹੋਰ ਪੰਜਾਬ ਦੇ ਵਿੱਚ ਇਹ ਕੰਮ ਕਰਦੀਆਂ ਰਹੀਆਂ ਅਤੇ ਕਰ ਰਹੀਆਂ। ਇਹ ਖੁਲਾਸੇ DSP ਬਲਵਿੰਦਰ ਸਿੱਖ ਉਹਨੇ ਖੁਦ ਕੀਤੇ ਆ। ਸੋ ਲੋੜ ਤਾਂ ਉਹਨਾਂ ਦੇ ਉੱਤੇ ਕੰਮ ਕਰਨ ਦੀ ਆ। ਇਨਫੋਰਮਰ ਤਾਂ ਹੇਠੋਂ ਜਾਣਕਾਰੀ ਦੇ ਕੇ ਛੋਟੇ ਪੱਧਰ ਦੇ ਕੁੜੀਆਂ ਵਿੱਚ ਨਾਲੇ ਫੜਾ ਸਕਦੇ ਆ, ਪਰ ਜਿਹੜੀਆਂ ਰਿਪੋਰਟਾਂ ਪਹਿਲਾਂ ਬਣੀਆਂ ਹੋਈਆਂ, ਜਿਹੜੇ ਬੰਦਿਆਂ ਬਾਰੇ ਪਹਿਲਾਂ ਪਤਾ ਆ, ਉਹਨਾਂ ਦੇ ਉੱਤੇ ਕਾਰਵਾਈ ਕਿਉਂ ਨਹੀਂ ਹੋ ਰਹੀ? ਇੱਕ ਆਪਣੇ ਆਪ ਦੇ ਵੀ ਸਰਕਾਰ ਦੇ ਉੱਤੇ ਵੱਡਾ ਸਵਾਲ ਆ ਵੀ ਜੇ ਕਾਰਵਾਈ ਕਰਨੀ ਆ, ਵਾਕਿਆ ਤੁਸੀਂ ਗੰਭੀਰ ਆ, ਨਸ਼ਾ ਰੋਕਣਾ ਚਾਹੁੰਦੇ ਆ, ਤਾਂ ਉੱਪਰੋਂ ਕਾਰਵਾਈ ਥੱਲੇ ਨੂੰ ਕਰਦੇ ਆਓ, ਨਾ ਕਿ ਥੱਲਿਓਂ ਉੱਪਰ ਜਾਣ ਦੀ ਲੋੜ ਆ ਜੀ। ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰਾਂਗੇ। ਅੱਜ ਮੀਟਿੰਗ ਹੋਈ ਆ ਅੰਮ੍ਰਿਤਪਾਲ ਸਿੰਘ ਹੁਣਾਂ ਦੀ, ਜਿਹੜੇ ਕਿ ਵਾਰਸ ਪੰਜਾਬ ਦੀ ਜਥੇਬੰਦੀ ਦੇ ਮੁਖੀ ਨੇ, ਜਹਿਦਰ ਜਿਹੜੇ ਕਾਰਜਕਾਰੀ ਆ ਅਕਾਲ ਤਖਤ ਸਾਹਿਬ ਦੇ, ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੇ ਨਾਲ। ਜਦੋਂ ਤੋਂ ਜਨਾਲਾ ਕਾਂਡ ਹੋਇਆ ਉਸ ਤੋਂ ਬਾਅਦ ਦੇ ਵਿੱਚ ਚਰਚਾ ਕਾਫੀ ਚੱਲੀ ਆ ਕਿ ਅੰਮ੍ਰਿਤਪਾਲ ਸਿੰਘ ਨੂੰ ਉੱਥੇ ਮਹਾਰਾਜ ਦਾ ਸਰੂਪ ਲੈ ਕੇ ਜਾਣਾ ਚਾਹੀਦਾ ਸੀ ਜਾਂ ਨਹੀਂ। ਇਸ ਸੰਬੰਧੀ ਅਕਾਲ ਤਖਤ ਸਾਹਿਬ ਵੱਲੋਂ ਵੀ ਇੱਕ ਕਮੇਟੀ ਜਿਹੜੀ ਆ ਬਣਾਈ ਗਈ ਆ ਕਿ ਭਵਿੱਖ ਦੇ ਵਿੱਚ ਇਹ ਰਾਹ ਦੱਸਿਆ ਜਾਵੇ ਕਿ ਇਹੋ ਜਿਹਾ ਰੋਸ ਮੁਜ਼ਾਹਰਿਆਂ ਦੇ ਧਰਨਿਆਂ ਦੇ ਉੱਤੇ ਮਹਾਰਾਜ ਦਾ ਸਰੂਪ ਲਿਜਾਣਾ ਜਾਇਜ਼ ਹੈ ਕਿ ਨਹੀਂ, ਕਿਉਂਕਿ ਹਾਲੇ ਤੱਕ ਜਿੰਨੇ ਵੀ ਧਰਨੇ ਮੋਰਚੇ ਹੋਏ ਆ ਉੱਥੇ ਸਰੂਪ ਲਿਜਾਏ ਗਏ ਆ, ਚਾਹੇ ਉਹ ਕਿਸਾਨ ਮੋਰਚਾ ਸੀਗਾ, ਚਾਹੇ ਜ਼ੀਰਾ ਮੋਰਚਾ ਸੀਗਾ, ਚਾਹੇ ਹੁਣ ਬਹਿਬਲ ਕਲਾਂ ਵਾਲਾ ਮੋਰਚਾ ਲੱਗਿਆ ਹੋਇਆ, ਜਾਂ ਜਿਹੜਾ ਚੰਡੀਗੜ੍ਹ ਮੋਹਾਲੀ ਬਾਰਡਰ ਦੇ ਉੱਤੇ ਕੌਮੀ ਇਨਸਾਫ਼ ਮੋਰਚਾ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗਿਆ, ਉਹ ਆ ਉੱਥੇ ਵੀ ਮਹਾਰਾਜ ਦੇ ਸਰੂਪ ਪ੍ਰਕਾਸ਼ ਕੀਤੇ ਹੋਏ ਆ। ਸੋ ਇਸ ਕਮੇਟੀ ਨੇ ਫੈਸਲਾ ਦੇਣਾ, ਪਰ ਅੰਮ੍ਰਿਤਪਾਲ ਸਿੰਘ ਦੀ ਜਹਿਦਰ ਹੁਣਾਂ ਦੇ ਨਾਲ ਮੀਟਿੰਗ ਜਿਹੜੀ ਆ ਤਕਰੀਬਨ 1.5 ਘੰਟਾ ਚੱਲੀ ਆ, ਬੰਦ ਕਮਰਾ ਮੀਟਿੰਗ ਹੋਈ ਆ ਜਿਸ ਦੀ ਭਾਫ਼ ਬਾਹਰ ਨਹੀਂ ਕੱਢੀ ਗਈ। ਜਦੋਂ ਬਾਹਰ ਆ ਕੇ ਪੱਤਰਕਾਰਾਂ ਨੇ ਪੁੱਛਿਆ ਵੀ ਅੰਦਰ ਕੀ ਗੱਲਾਂ ਬਾਤਾਂ ਹੋਈਆਂ, ਤਾਂ ਅੰਮ੍ਰਿਤਪਾਲ ਸਿੰਘ ਨੇ ਇਹ ਕਿਹਾ ਵੀ ਬੜੀ ਸਨਸਨੀ ਬਣਾਉਣ ਦੀ ਲੋੜ ਨਹੀਂ, ਇੱਕ ਰੈਗੂਲਰ ਮੀਟਿੰਗ ਸੀਗੀ, ਅਸੀਂ ਵੈਸੇ ਅਕਾਲ ਤਖਤ ਸਾਹਿਬ ਥੋੜ੍ਹੇ ਚਿਰ ਬਾਅਦ ਜਾਂਦੇ ਹਾਂ ਅਤੇ ਅੱਜ ਕੁਦਰਤੀ ਜਹਿਦਰ ਸਾਹਿਬ ਉੱਥੇ ਸੀਗੇ ਤਾਂ ਮੁਲਾਕਾਤ ਹੋ ਗਈ, ਅਸੀਂ ਸਿੱਖ ਯੂਥ ਬਾਰੇ, ਸਿੱਖ ਨੌਜਵਾਨੀ ਬਾਰੇ, ਸਿੱਖਾਂ ਦੀਆਂ ਸਮੱਸਿਆਵਾਂ ਬਾਰੇ ਰੈਗੂਲਰ ਵਿਚਾਰ ਵਟਾਂਦਰਾ ਕੀਤਾ, ਹੋਰ ਕੋਈ ਇਸ਼ੂ ਇਹਦੇ ਵਿੱਚ ਨਹੀਂ ਵਿਚਾਰਿਆ ਗਿਆ ਜੀ। ਅਤੇ ਉੱਥੇ ਗਿਆਨੀ ਹਰਪ੍ਰੀਤ ਸਿੰਘ ਹੁਣੇ ਵੀ ਇਸ ਮੌਕੇ ਕੋਈ ਗੱਲ ਨਹੀਂ ਕੀਤੀ, ਨਾ ਕੋਈ ਸਟੇਟਮੈਂਟ ਜਿਹੜੀ ਇਸ ਸੰਬੰਧੀ ਜਾਰੀ ਕੀਤੀ ਆ ਵੀ ਇਹ ਮੀਟਿੰਗ ਕਿਉਂ ਹੋਈ ਆ। ਸੋ ਇੰਨਾ ਜ਼ਰੂਰ ਪਤਾ ਲੱਗਾ ਕਿ ਮੀਟਿੰਗ ਦੇ ਵਿੱਚ ਮਾਹੌਲ ਬੜਾ ਸਖਾਵਾਂ ਰਿਹਾ ਅਤੇ ਅੰਮ੍ਰਿਤਪਾਲ ਸਿੰਘ ਵੱਲੋਂ ਨਸ਼ਾ ਤਸਕਰੀ ਸੰਬੰਧੀ ਰੋਕਣ ਵਾਸਤੇ ਅਤੇ ਜਾਂ ਫਿਰ ਨਸ਼ਿਆਂ ਨਾਲ ਜਿਹੜੇ ਪੀੜਿਤ ਨੌਜਵਾਨ ਆ ਉਹਨਾਂ ਨੂੰ ਕਢਾਉਣ ਵਾਸਤੇ ਦਲਦਲ ਵਿੱਚੋਂ ਜੋ ਉੱਦਮ ਕੀਤੇ ਜਾ ਰਹੇ ਆ, ਉਹਦੀ ਜਹਿਦਰ ਸਾਹਿਬ ਵੱਲੋਂ ਸ਼ਲਾਘਾ ਕੀਤੀ ਗਈ ਆ। ਅਤੇ ਬਾਕੀ ਬਾਹਰ ਆ ਕੇ ਪੱਤਰਕਾਰਾਂ ਦੇ ਜਵਾਬ ਦਿੰਦੇ ਅੰਮ੍ਰਿਤਪਾਲ ਸਿੰਘ ਨੇ ਇਹ ਵੀ ਕਿਹਾ ਕਿ ਜਿਹੜੀ ਕਮੇਟੀ ਬਣਾਈ ਆ ਉਹ ਜਿਹੜੀ ਵੀ ਰਿਪੋਰਟ ਦਿੰਦੀ ਆ ਉਸ ਤੋਂ ਬਾਅਦ ਜੇਕਰ ਜਹਿਦਰ ਅਕਾਲ ਤਖਤ ਸਾਹਿਬ ਉਹਨਾਂ ਨੂੰ ਤਲਬ ਕਰਦੇ ਆ ਉੱਥੇ ਸੱਦਦੇ ਆ ਤਾਂ ਅਕਾਲ ਤਖਤ ਸਾਹਿਬ ਸੁਪਰੀਮ ਆ, ਉਹ ਹਰ ਹਾਲਤ ਦੇ ਵਿੱਚ ਉੱਥੇ ਜਾਣਗੇ, ਉਹ ਕਦੇ ਵੀ ਅਕਾਲ ਤਖਤ ਸਾਹਿਬ ਤੋਂ ਭਗੌੜੇ ਨਹੀਂ ਹੋਣਗੇ ਅਤੇ ਆਪਣਾ ਪੱਖ ਪੇਸ਼ ਕਰਨਗੇ ਵੀ ਉਹ ਕਿਹੜੇ ਸਿਧਾਂਤ ਦੇ ਨਾਲ ਸਹਿਮਤ ਹੈਗੇ ਆ ਅਤੇ ਜੇਕਰ ਉਹਨਾਂ ਦੇ ਦੱਸੇ ਹੋਏ ਦੇ ਵਿੱਚ ਗਲਤੀ ਹੋਊਗੀ ਤਾਂ ਜੋ ਵੀ ਗਲਤੀ ਸਾਬਤ ਕੀਤੀ ਜਾਊਗੀ ਉਹ ਅਕਾਲ ਤਖਤ ਸਾਹਿਬ ਦੇ ਹੁਕਮ ਅੱਗੇ ਝੁਕਣ ਵਾਸਤੇ ਯੋਗ ਹੋਣਗੇ, ਝੁਕੇ ਜਾਣਗੇ। ਸੋ ਇਹ ਗੱਲਬਾਤ ਜਿਹੜੀ ਅੱਜ ਦੀ ਮੀਟਿੰਗ ਦੇ ਵਿੱਚੋਂ ਬਾਹਰ ਨਿਕਲੀ ਆ। ਬਾਕੀ ਅੰਮ੍ਰਿਤਪਾਲ ਸਿੰਘ ਨੇ ਉੱਥੇ ਇਹ ਵੀ ਕਿਹਾ ਕਿ ਜਦੋਂ ਤੱਕ ਪਰਮਾਤਮਾ ਨੇ ਸਾਹ ਲਿਖੇ ਆ ਉਹਨੇ ਸਾਹ ਜਿਹੜੇ ਲੈਣੇ ਆ, ਕੋਈ ਖਤਰਾ ਨਹੀਂ, ਪਰ ਡਰੱਗ ਮਾਫੀਆ ਅਤੇ ਏਜੰਸੀਆਂ ਉਹਨਾਂ ਦੀ ਜਾਨ ਦੇ ਵਾਸਤੇ ਖਤਰਾ ਜ਼ਰੂਰ ਆ। ਜਿਹੜੀਆਂ ਇਹ ਗੱਲਾਂ ਕਰ ਰਹੇ ਆ ਕਿ ਜਿਹੜੀਆਂ ਏਜੰਸੀਆਂ ਜਾਨ ਨੂੰ ਖਤਰੇ ਦੀ ਗੱਲ ਕਰ ਰਹੀਆਂ ਆ, ਉਹੀ ਏਜੰਸੀਆਂ ਤੋਂ ਕਹਿੰਦੇ ਵੀ ਮੇਰੀ ਜਾਨ ਨੂੰ ਖਤਰਾ ਆ। ਅਤੇ ਇਸ ਦੇ ਨਾਲ ਹੀ ਅਖੀਰ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਇਜਲਾਸ ਜਿਹੜਾ ਅੱਜ ਹੋਇਆ ਉਹਦੇ ਵਿੱਚ 2 ਮਤੇ ਪਾਸ ਕੀਤੇ ਗਏ ਆ। ਗੱਲ ਉਹੀ ਹੋਈ ਆ ਕਿ ਸ਼੍ਰੋਮਣੀ ਕਮੇਟੀ ਦੇ ਹੁਣ ਆਗੂਆਂ ਨੂੰ ਅਹਿਸਾਸ ਹੋ ਰਿਹਾ ਕਿ ਜਿਹੜੀਆਂ ਬੀਤੇ ਦੇ ਵਿੱਚ ਕੀਤੀਆਂ ਗਲਤੀਆਂ ਉਹ ਕਿਵੇਂ ਭਾਰੀ ਪੈ ਰਹੀਆਂ, ਹੱਥਾਂ ਨਾਲ ਦਿੱਤੀਆਂ ਦੰਦਾਂ ਨਾਲ ਖੁੱਲ੍ਹੀਆਂ ਪੈ ਰਹੀਆਂ। 1999 ਦੇ ਖਾਲਸਾ ਸਾਜਨਾ ਦਿਵਸ ਸਮਾਗਮਾਂ ਦੇ ਵਿੱਚ RSS ਨੂੰ ਅੰਦਰ ਵਾੜਿਆ ਗਿਆ, ਉਦੋਂ ਪਹਿਲਾਂ 97 ਦੇ ਵਿੱਚ ਰਲ ਕੇ ਭਾਜਪਾ ਦੇ ਨਾਲ ਸਰਕਾਰ ਬਣਾਈ ਗਈ, ਉਹ ਸੰਘੀ ਜਿਹਨਾਂ ਨੂੰ ਕੋਈ ਚਿਮਟੀ ਦੇ ਨਾਲ ਹੱਥ ਨਹੀਂ ਸੀ ਲਾਉਂਦਾ, ਅਕਾਲੀਆਂ ਨੇ ਭਾਈਵਾਲ ਬਣਾਏ, ਆਪਣੇ ਰਾਜ ਭਾਗ ਦੇ ਮਾਲਕ ਬਣਾਏ, ਅਤੇ ਅੱਜ ਇੱਥੋਂ ਤੱਕ ਗੱਲ ਪਹੁੰਚ ਗਈ ਕਿ ਉਹ ਸਿੱਖ ਸੰਸਥਾਵਾਂ ਦੇ ਵਿੱਚ ਵੀ ਘੁਸਪੈਠ ਕਰ ਚੁੱਕੇ ਆ, ਸਾਡੇ ਗ੍ਰੰਥਾਂ ਨੂੰ ਤਬਦੀਲੀ ਦੀ ਗੱਲ ਵੀ ਕਰਦੇ ਆ, ਵਾਰ ਵਾਰ ਸਾਨੂੰ ਇਹ ਕਹਿ ਕੇ ਚੜਾਉਂਦੇ ਆ ਕਿ ਸਿੱਖ ਜਿਹੜੇ ਆ ਹਿੰਦੂ ਆ ਅਤੇ ਇਹ ਸਾਡੀ ਜਿਹੜੀ ਆ ਖੜਗ ਪੂਜਾ ਆ, ਅਤੇ ਇਸ ਦੇ ਨਾਲ ਹੀ ਸਾਡੀਆਂ ਜਿਹੜੀਆਂ ਸੰਸਥਾਵਾਂ ਦਾ ਕੰਮ ਕਾਜ ਆ ਉਹਦੇ ਵਿੱਚ ਵੀ ਦਖਲ ਅੰਦਾਜ਼ੀ ਕਰਦੇ ਆ। ਸੋ ਰਾਜ ਭਾਗ ਲਈ ਯਾਰੀ ਪਾਈ ਬਾਦਲਾਂ ਵੱਲੋਂ, ਜਿਹਦਾ ਕਿ ਉਸ ਵੇਲੇ ਜਹਿਦਾਰ ਟੌੜਾ ਨੇ ਵਿਰੋਧ ਕੀਤਾ ਸੀਗਾ, ਉਹ ਇਤਨੀ ਨੁਕਸਾਨਦੇਹ ਸਾਬਤ ਹੋਈ ਆ ਕਿ ਹੁਣ ਸ਼੍ਰੋਮਣੀ ਕਮੇਟੀ ਨੂੰ ਹੀ ਉਹਨਾਂ ਦੇ ਉਲਟ 24 ਸਾਲ ਬਾਅਦ ਮਤੇ ਪਾਉਣੇ ਪੈ ਰਹੇ ਆ। ਸੋ ਆਪਣੇ ਰਾਜ ਭਾਗ ਲਈ, ਆਪਣੇ ਜਿਹੜਾ ਕਹਿ ਲਓ ਕਿ ਇੱਕ ਸਲਤਨਤ ਕਾਇਮ ਕਰਨ ਲਈ ਜਿਹੜੀਆਂ ਗਲਤੀਆਂ ਕੀਤੀਆਂ ਗਈਆਂ ਉਹਦਾ ਸਮੁੱਚੀ ਕੌਮ ਨੂੰ ਖਮਿਆਜ਼ਾ ਹੁਣ ਭੁਗਤਣਾ ਪੈ ਰਿਹਾ। ਸੋ ਹਰਜਿੰਦਰ ਸਿੰਘ ਧਾਮੀ ਜਿਹੜੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਆ, ਉਹ ਕਹਿੰਦੇ ਵੀ 2 ਮਤੇ ਪਾਸ ਕੀਤੇ ਗਏ ਆ। ਪਹਿਲੇ ਮਤੇ ਦੇ ਵਿੱਚ ਭਾਰਤ ਸਰਕਾਰ ਨੂੰ ਇਹ ਕਿਹਾ ਗਿਆ ਕਿ ਜਿਹੜਾ ਗੁਰਦੁਆਰਾ ਐਕਟ ਆ, ਹਰਿਆਣਾ ਗੁਰਦੁਆਰਾ ਐਕਟ 2014, ਉਹ ਰੱਦ ਕੀਤਾ ਜਾਵੇ।
सिद्धम सिद्धी श्रोमणी कमेटी के काम के दखलअंदाजी आ। हरियाणे के गुरद्वारों का प्रबंध वापस श्रोमणी गुरद्वारा प्रबंधक कमेटी को सौंपया जाए। दूजा मता यह पास किया गया कि घट गिणती कौमां दबाउण दे वास्ते सरकारी चालां तेज़ हो चुकियां आ। भाजपा सरकार मतलब कि सिद्धी मोदी सरकार RSS सिख संस्थावां दे कामकाज दे विच दखलअंदाजी कर रहा है। हिंदू राष्ट्र बनाउण लई सरकार वल्लों हर हीला वरत्या जा रहा ते श्रोमणी गुरद्वारा प्रबंधक कमेटी इस गल की निखेधी करती है। उन्होंने ये भी कहा कि भारत सरकार मोदी सरकार जिहड़ी आ गुरद्वारा साहिबान दे प्रबंध नूं तोड़ के अपने बंदियां दे राहीं इहनूं अपने अनुसार चलाउणा चाहुंदी आ, जिस नूं कि कदा भी प्रवान नहीं किया जाऊगा। सुणा ने इस मते दे राहीं सख्त ताड़ना की है कि घट गिणतियां दे मामलियां दे विच मोदी सरकार भाजपा RSS जिहड़ी आ उह दखलअंदाजी बंद करे। सो गल उही है कि जिहड़ी गल 1999 दे विच टौड़ा साहब कह गए सीगे वी इहनां ने दखलअंदाजी करनी है, इहनां दे नाल इहनां नूं ना वाड़ो, इन्हों तो लैदगी रखो, थोड़ा जहा दूरी बना के रखो, उदों मनिया नहीं गया। हुण इन्ना क नुकसान हो गया कि अकाली दल दीआं सीटां भी 3 रह गईआं, उत्तों पंजाब दे विच वकार भी जिहड़ा है कोई नहीं बचिआ। श्रोमणी कमेटी जसर अकाल तख्त साहिब ते होर संस्थावां दे विच RSS ने घुसपैठ इन्नी कर ली आ कि उह अपने काम सीधे करवा रहे आ ते इन्हां नूं अक्खां दिखा रहे आ ते हुण जा के अक्खां खुल्लीआं। शायद हले भी बहुती देर नहीं हुई, जेकर हले भी पंथ वाले पासे खड़ जाण, हले भी दृढ़ता नाल स्टैंड लै जाण ते भाजपा की RSS की सारे भजाए जा सकदे आ, गल चंगी नीयत होण दी आ जी। इत्थे अज दा प्रोग्राम खत्म करन दी आग्या बख्शो, अगले हफ्ते फिर तुहाडे नाल विचारां दी सांझ पावांगे। तद तक लई आप सब नूं प्यार सत्कार भरी सत श्री अकाल। साडा हर एक प्रोग्राम देखण ते साडे नाल जुड़न लई सबसक्राइब करो चैनल पंजाबी ते नोटिफिकेशन लई बैल आइकन वाले बटन ते क्लिक करो।